योगदान पा सकता पर ट्रालिया ट्राली एक कमरा ही बन जाता है जिवें कहिंदे वी बाबे नानक दे घर लंगर दी कोई टूट नहीं बल्कि बहुत ज्यादा जिहड़ा लंगर बहुत वक्त है जितों मर्जी लंगर छकना चाहते छक सकते हो सिर्फ रहन का जरूर समस्या आती है तो उन्होंने प्रॉपर तरीके ना रहेंगे तो बहुत नहीं रह जाता इस करके ट्रालिया से सारे जने आओ झंडे ला के आओ उन्होंने एक जज्बा बने एक पता लगे रस्ते च भी कारा के भी जो दोस्त आते हैं चलो गड्डी भी आते तो एक झंडा लगे होना चाहिए दिल्ली में आते पता लगे कि अपने हक सच लड़ाई वास्ते एक जज्बा पैदा होता है सारे बेनती है कि हम घुमा के पहुंचो बहुत वाला संघर्ष है एड्डा वाला संघर्ष कदे होता नहीं मैं तो कहना कि रब ने कहते रब जो करता चंगा ही करता बिल इन्होंने पास करने से असी सारे पंजाब ने इकट्ठे होना सी बहुत वड्डी गल हुई है पंजाब एक मंच से इकट्ठा होया तो यह सारी शक्ति आप समेट के एक वरतों के लै आईए कहीं खिंड ना जाए बिल्कुल भाई मोदी का धन्यवाद 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 है मोदी का ठंड देखो असि ओना बच्चे जिन्हों ने इन्हों दिन भीम के सराने लैके जंगलों के रस्ते कटिया से अपने को फिर गद्दे है रजाइया है ना लैके आए कंबल ना लैके आए खाना भी है लंगर भी चाह हर तरह के ਸਭ ਤੋਂ ਵੱਡੀ ਸਾਡੀ ਖੁਸ਼ੀ ਹੈ ਕਿ ਬਾਈ ਲੱਖੇ ਸਧਾਣੇ ਨਾਲ ਅਸੀਂ ਹੈ ਇਹਨਾਂ ਦਾ ਹਿਸਾਬ ਦੇ ਰਹੇ ਹਾਂ ਸਾਨੂੰ ਸਾਰਿਆਂ ਨਾਲ ਬੜੀ ਖੁਸ਼ੀ ਹੋ ਰਹੀ ਹੈ ਬੰਦਾ ਪੰਜਾਬ ਲਈ ਇੱਥੇ ਆ ਰਿਹਾ ਦਿਲੋਂ ਦਰਦ ਲੈ ਕੇ ਆ ਰਿਹਾ ਜਵਾਨੀ ਆਪ ਮਹਾਰੇ ਆ ਰਹੀ ਆ ਬਸ ਹੁਣ ਤਾਂ ਇੱਕ ਹੋਰ ਅਪੀਲ ਮੈਂ ਕਰ ਦੇਣੀ ਚਾਹੁੰਦਾ ਪੰਜਾਬ ਦੀ ਜਵਾਨੀ ਨੂੰ ਕਿ ਤੁਸੀਂ ਹੁਣ ਤੱਕ ਬਹੁਤ ਵਧੀਆ ਰੋਲ ਜਿਹੜਾ ਉਹ ਨਿਭਾਇਆ ਹੈ ਸੰਘਰਸ਼ ਦੇ ਵਿੱਚ ਜੇ ਰੋਕਾਂ ਟੋਕਾਂ ਤੋੜੀਆਂ ਤੁਸੀਂ ਭਾਂਦੇ ਤੁਰੇ ਆਏ ਹੋ ਫੱਟਾਂ ਵੀ ਖਾ ਲਈਆਂ ਗੱਡੀਆਂ ਵੀ ਬਣਾ ਲਈਆਂ ਸਿਰ ਵੀ ਤੁਹਾਡੇ ਪਾਟੇ ਨੇ ਹਰਿਆਣੇ ਦੇ ਕਈ ਨੌਜਵਾਨਾਂ ਦੇ ਉੱਤੇ ਮੁਕੱਦਮੇ ਵੀ ਦਰਜ ਹੋਏ ਨੇ ਪੰਜਾਬ ਦੇ ਉੱਤੇ ਵੀ ਹੋਏ ਨੇ ਤਾਂ ਮੇਰਾ ਵੀਰ ਹੁਣ ਕੋਈ ਇਸ ਤਰ੍ਹਾਂ ਦੀ ਆਪ ਹੁਦਰਾਪਣ ਜਿਹੜਾ ਆਪਾਂ ਕਹਿੰਦੇ ਹਾਂ ਕਈ ਵਾਰੀ ਅਸੀਂ ਨਾ ਉਹ ਕਰ ਜਾਂਦੇ ਹਾਂ ਕਿ ਉਹੋ ਜਿਹੀ ਗਲਤੀ ਸਾਨੂੰ ਸੌ ਸਾਲ ਪਿੱਛੇ ਸੁੱਟ ਦੂਗੀ ਹਿਸਾਬ ਲਾ ਲਿਓ ਬਸ ਹੁਣ ਗਲਤੀ ਇੱਕ ਵੀ ਹੋਰ ਕਰਦੇ ਹੋ ਜਿਹੜਾ ਕੱਲ੍ਹ ਆਪਾਂ ਦੇਖਿਆ ਨਾ ਇੱਕ ਦੋ ਨੁਮਾਇੰਦੇ ਆਏ ਸੀ ਕੁਛ ਪਾਰਟੀਆਂ ਦੇ ਉਹਨਾਂ ਦੇ ਬਗੈਰ ਸੁਣੇ ਤੋਂ ਵਿਰੋਧ ਕਰਨ ਲੱਗ ਪਿਆ ਸੀ ਆਪਣੇ ਕੁਛ ਨੌਜਵਾਨ ਉਹ ਜਿਹੜਾ ਮੈਨੂੰ ਲੱਗਦਾ ਸਹੀ ਨਹੀਂ ਹੈਗਾ ਪਰ ਅੱਜ ਇੱਕੋ ਬੰਦੇ ਬੋਲਦੇ ਕਿ ਜੇ ਕੋਈ ਪਾਰਟੀ ਦੀ ਗੱਲ ਕਰਦੇ ਆ ਤੇ ਆਪਣਾ ਵਿਰੋਧ ਜਾਇਜ਼ ਆ ਸਿਆਸੀ ਬੰਦਿਆਂ ਨੂੰ ਤਾਂ ਆਪਣਾ ਇੱਥੇ ਜਿਹੜਾ ਬੋਲਣ ਦੀ ਮਨਾਹੀ ਕੀਤੀ ਸਟੇਜ ਵੱਲੋਂ ਸਿਆਸੀ ਬੰਦਾ ਕੋਈ ਵੀ ਨਹੀਂ ਬੋਲੂਗਾ ਇਹ ਤੋਂ ਇਲਾਵਾ ਕੋਈ ਸਮਾਜਿਕ ਹੈ ਪੰਥਕ ਹੈ ਕੋਈ ਕਲਾਕਾਰ ਹੈ ਕੋਈ ਬੁੱਧੀਜੀਵੀ ਆ ਉਹ ਸਾਰੇ ਜੀ ਆਇਆਂ ਨੂੰ ਆਵੇ ਜੇ ਕੋਈ ਸਿਆਸੀ ਬੰਦਾ ਆਉਂਦਾ ਜੇ ਆ ਕੇ ਉਹ ਪੰਡਾਲ 'ਚ ਬੈਠਦਾ ਬੈਠਾ ਰਹਿਣ ਦਿਓ ਹਨਾ ਤੇ ਹੋਰ ਤੇਰੀ ਟੁੱਟ ਗਈ ਤੁਹਾਡੀ ਸ਼ੇਅਰ ਕਰ ਦਿਓ ਪੰਜਾਬ ਇਤਿਹਾਸ ਸਿਰਜ ਰਿਹਾ ਸੀ ਆਪਣੇ ਇਤਿਹਾਸ ਨੂੰ ਦੁਹਰਾ ਰਹੇ ਆ इस इतिहास की कली कली गल है जी लिखी जानी आने वाले समय से इतने एक बहुत बड़ा मोर्चा लग्या हिंद पंजाब का जो पंजाब से जोड़ा वो अपने हक की अपने होंद की लड़ाई लड़ रहा है तो उस बंदियां दी कि नौजवानों की किन्नी सहरता सी किन्नी उन्होंने योग्यता सी तो किड़े हिसाब ना वो लड़े ये सारिया गलत आप जो इतिहास चो पढ़ते हैं तो आपको पता लगा भी इन्ने बंदे यार सबर वाले सिदक वाले सैड वाले सियाने से सुलझे हुए थे ਇਹਦਾ ਸਬੂਤ ਅਸੀਂ ਇੱਥੇ ਦੇਣਾ ਵੈਸੇ ਬਾਈ ਇੱਕ ਗੱਲ ਇਹ ਬਹੁਤ ਵਧੀਆ ਮੈਨੂੰ ਲੱਗੀ ਆਪਣੀ ਨਾ ਪੰਜਾਬੀਆਂ ਦੀ ਆਦਤ ਹੁੰਦੀ ਆ ਰੇੜੀ ਰੇੜੀ ਲੱਗੀ ਹੁੰਦੀ ਆ ਮੂੰਗਫਲੀ ਵਾਲੀ ਗੱਚਕ ਵਾਲੀ ਆਪਾਂ ਤੁਰ ਜਾਂਦੇ ਹਾਂ ਚੱਕ ਲੈਂਦੇ ਹੁੰਦੇ ਹਾਂ ਛੋਲੇ ਵਾਲੀ ਲੱਗੀ ਹੁੰਦੇ ਦੋ ਛੋਲੇ ਚੱਕ ਕੇ ਲੈ ਗਏ ਮੂੰਗਫਲੀ ਚੱਕ ਕੇ ਲੈ ਗਏ ਉਹ ਕਿਸੇ ਨੇ ਨਹੀਂ ਕੀਤਾ
ਜਿਹੜੇ ਵੀ ਨੌਜਵਾਨਾਂ ਨੇ ਗੱਚ ਖਾਧੀ ਆ, ਮੂੰਗਫਲੀ ਖਾਧੀ ਆ, ਰੇੜੀ ਤੋਂ ਲੈ ਕੇ ਕੋਈ ਹੋਰ ਚੀਜ਼ ਖਾਧੀ ਆ ਤਾਂ ਪੈਸੇ ਦਿੱਤੇ ਆ, ਪੈਸੇ ਦਿੱਤੇ ਤੇ ਬਹੁਤ ਵਧੀਆ। ਇਹ ਤੋਂ ਇਲਾਵਾ ਖੁਸ਼ੀ ਦੀ ਗੱਲ, ਹਰਿਆਣਾ ਤੇ ਦਿੱਲੀ ਦੇ ਜਿਹੜੇ ਆਮ ਲੋਕ ਨੇ ਬਹੁਤ ਸਾਥ ਦੇ ਰਹੇ, ਬਹੁਤ ਬਹੁਤ ਭੁੰਡੀਆਂ ਵਾਲੇ ਆ ਉਹ ਕਹਿੰਦੇ ਬਾਈ ਤੁਸੀਂ ਸਿਗਾ ਛੱਡ ਲਿਆ, ਕਿਰਾਇਆ ਨਹੀਂ ਲੈ ਰਹੇ, ਮੱਲੋ ਮੱਲੀ ਆਪਣੇ ਲੋਕ ਦੇ ਰਹੇ ਨੇ। ਤੇ ਇਹ ਤੋਂ ਇਲਾਵਾ ਜਿਹੜੀ ਹੋਰ ਬਾਈ, ਮੈਂ ਕੱਲ ਮੈਂ ਇੱਕ ਮੁਸਲਮਾਨ ਭਰਾ ਨੂੰ ਮਿਲਿਆ, ਉਹਦੇ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਯਾਰ ਸੰਘਰਸ਼ ਤੁਸੀਂ ਵੀ ਲੜਦੇ ਆ, ਅਸੀਂ ਵੀ ਲੜਦੇ ਹਾਂ, ਆਪਣੇ ਸੰਘਰਸ਼ਾਂ 'ਚ ਕੀ ਫਰਕ ਆ। ਉਹ ਕਹਿੰਦਾ ਬਾਈ ਤੁਹਾਡਾ ਜਿਹੜਾ ਕਮਾਲ ਦੀ ਗੱਲ ਅਸੀਂ ਦੇਖੀ ਨਾ, ਕਿ ਜਿਹੜੇ ਤੁਹਾਡੇ ਲੜਦੇ ਹੁੰਦੇ ਆ ਤਾਂ ਲੜਦੇ ਹੁੰਦੇ ਆ ਮੈਦਾਨ 'ਚ, ਜਿਹੜੇ ਮਗਰਲੇ ਹੁੰਦੇ ਨੇ ਉਹ ਐਂ ਚਟਾਣੇ ਨੂੰ ਖੜਦੇ ਆ। ਇਹ ਬਹੁਤ ਕਮਾਲ ਦੀ ਗੱਲ ਹੋ ਰਹੀ ਆ ਕਿ ਇਸ ਸਮੇਂ ਦੁਨੀਆਂ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠਾ, ਬਿਲਕੁਲ ਉਹ ਪੰਜਾਬੀ ਅੱਜ ਆਪਦੇ ਭਰਾਵਾਂ ਦੀ ਪਿੱਠ ਤੇ ਖੜਾ। ਬਾਹਰਲੇ ਮੁਲਕਾਂ 'ਚ, ਬਾਹਰਲੇ ਮੁਲਕਾਂ 'ਚ ਪਤਾ ਲੱਗਿਆ ਕਿ ਬਾਈ ਆਪਣੇ ਸੜਕਾਂ ਦੇ ਨਿਕਲੇ ਹੋਏ ਨੇ। ਇੱਕ ਬਾਈ ਦਾ ਤੜ ਕੇ ਮੇਰੇ ਬੇਲੀ ਕੋਲ ਫੋਨ ਆਇਆ, ਕਹਿੰਦਾ ਬਾਈ ਅਸੀਂ ਟਰੱਕ ਲੈ ਕੇ ਇੱਥੇ 500 ਟਰੱਕ ਲੈ ਕੇ ਮਾਰਚ ਕੱਢ ਰਹੇ ਹਾਂ, ਇੱਥੋਂ ਦੀ ਸਰਕਾਰ ਉੱਥੋਂ ਦੀ ਸਰਕਾਰਾਂ 'ਤੇ ਜਿਹੜਾ ਦਬਾਅ ਬਣੂਗਾ, ਬਿਲਕੁਲ ਕਿ ਭਾਈ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ ਹੋਇਆ ਭਾਰਤ ਦੇ ਵਿੱਚ, ਕਿਸਾਨ ਆਪਣਾ ਸੰਘਰਸ਼ ਕਰ ਰਹੇ ਆ, ਤਾਂ ਉਹਦੇ ਵਿੱਚ ਬਹੁਤ ਵੱਡਾ ਹੈ ਕਿ ਇਹਨਾਂ ਦੇ ਦਬਾਅ ਬਣਨਾ ਸਰਕਾਰ 'ਤੇ। ਅਤੇ ਇਹ ਬਹੁਤ ਵਧੀਆ ਗੱਲ ਹੋ ਰਹੀ ਕਿ 4 ਸਪੇਰਿਓਂ ਬਾਈਆਂ ਨੇ ਇੱਕ ਹੈਸ਼ਟੈਗ ਚਲਾਇਆ ਹੋਇਆ ਟਵਿੱਟਰ ਦੇ ਉੱਤੇ, ਉਹ ਵੀ ਕਹਿੰਦੇ ਮੈਨੂੰ ਦੱਸਿਆ ਮੁੰਡੇ ਨੇ ਕਿ ਟਵਿੱਟਰ ਹੀ ਹੈਕ ਹੋ ਗਿਆ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਕਮਾਲ ਦੀ ਗੱਲ ਆ ਯਾਰ ਕਿ ਅੱਜ ਪੰਜਾਬ ਸਿਰ ਜੋੜੀ ਖੜਾ, ਆਪਣੇ ਮਤਭੇਦ ਭੁਲਾ ਕੇ ਸਿਰ ਜੋੜੀ ਖੜਾ। ਵੀਰ ਜੀ ਇੱਕ ਇੱਕ ਛੋਟਾ ਹੋਰ ਦੱਸੋ, ਜਿਹੜਾ ਨਾ ਨੈਸ਼ਨਲ ਮੀਡੀਆ ਫੈਲਾ ਰਿਹਾ ਚੀਜ਼ ਨੂੰ ਕਿ ਖਾਲਿਸਤਾਨੀ ਜਾਂ ਮੂਵਮੈਂਟ ਇਸ ਤਰ੍ਹਾਂ ਕੁਛ ਫੰਡਿੰਗ ਜੀ, ਉਹ ਬੜਾ ਕੁਛ ਇਸ ਤਰ੍ਹਾਂ ਪ੍ਰੋਪਗੰਡਾ ਹੋ ਰਿਹਾ, ਉਹਦੇ ਬਾਰੇ ਮਾੜੇ ਪ੍ਰਚਾਰ ਦੱਸੋ। ਹਾਂ ਦੇਖੋ, ਜਿਹੜਾ ਗੋਦੀ ਮੀਡੀਆ ਆਪਾਂ ਕਹਿ ਲਈਏ, ਮੋਦੀ ਉਹਨਾਂ ਨੇ ਇੱਕੋ ਹੀ ਗੱਲ, ਜੀ ਨਿਊਜ਼ ਨੇ ਕਈ ਦਿਨਾਂ ਦੀ ਚਲਾ ਰੱਖੀ ਹੈ, ਕਿਉਂਕਿ ਸਾਡੇ ਸੁਭਾਅ 'ਚ ਆ ਕਿ ਅਸੀਂ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਨੀ ਹੁੰਦੀ ਹੈ, ਢਹਿੰਦੀ ਕਲਾ ਦੀ ਗੱਲ ਅਸੀਂ ਕਰਦੇ ਹੀ ਨਹੀਂ। ਸਾਡਾ ਇੱਕੋ ਹੀ ਗੱਲ, ਚੱਕ ਦਿਆਂਗੇ ਫੱਟੇ ਆ ਕਰ ਦਿਆਂਗੇ, ਸਾਡੇ ਸੁਭਾਅ 'ਚ ਰੱਖ ਲਓ, ਸਾਡੇ ਖੂਨ 'ਚ ਰੱਖ ਲਓ, ਸਾਨੂੰ ਵਿਰਾਸਤ 'ਚ ਮਿਲੀਆਂ ਹੋਈਆਂ ਚੀਜ਼ਾਂ ਨੇ, ਉਹਨੂੰ ਉਸ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕਰਦੇ ਨੇ ਤਾਂ ਕਿ ਇਹਨੂੰ ਮਾਹੌਲ ਨੂੰ ਖਰਾਬ ਕੀਤਾ ਜਾ ਸਕੇ, ਮਾਹੌਲ ਨੂੰ ਇਸ ਘੋਲ ਨੂੰ ਇਕੱਲੇ ਪੰਜਾਬ ਤੱਕ ਸੀਮਿਤ ਕੀਤਾ ਜਾ ਸਕੇ। ਵੈਸੇ ਇਕੱਲੇ ਪੰਜਾਬ ਦਾ ਘੋਲ ਨਹੀਂ ਆ, ਭਾਰਤ ਦਾ ਘੋਲ ਹੈ, ਹਰਿਆਣੇ ਵਾਲੇ ਨਾਲ ਨੇ, ਮਹਾਰਾਸ਼ਟਰ ਤੋਂ ਆਏ ਹੋਏ ਨੇ ਇੱਥੇ, ਮੱਧ ਪ੍ਰਦੇਸ਼ ਤੋਂ ਆਏ ਹੋਏ ਨੇ, ਯੂਪੀ ਤੋਂ ਆਏ ਹੋਏ ਨੇ, ਰਾਜਸਥਾਨ ਤੋਂ ਆਏ ਹੋਏ ਨੇ, 13 ਸੂਬਿਆਂ ਤੋਂ ਇੱਥੇ ਲੋਕ ਆਏ ਹੋਏ ਨੇ, ਜੰਮੂ ਦੇ ਕੱਲ ਮਿਲੇ, ਹਾਂ 13 ਸੂਬੇ ਇੱਥੇ ਪਹੁੰਚ ਚੁੱਕੇ ਨੇ ਪਹਿਲਾਂ। ਤਾਂ ਮੇਰਾ ਵੀਰ ਇਹ ਹੈਗਾ ਕਿ ਆਪਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ, ਠੀਕ ਆ, ਆਪਣੀ ਚੜ੍ਹਦੀ ਕਲਾ 'ਚ ਗੱਲ ਕਰਨੀ ਚਾਹੀਦੀ ਹੈ, ਢਿੱਡੀ ਕਲਾ 'ਚ ਗੱਲ ਕਰਨ ਵੀ ਨਹੀਂ ਕੋਈ ਵੀ, ਬਿਲਕੁਲ। ਪਰ ਇਹ ਮੀਡੀਆ ਤੋਂ ਅਸੀਂ ਜਦੋਂ ਕੱਲ੍ਹ ਇੱਕ ਕੁੜੀ ਆਈ ਉੱਥੇ, ਉਹਦੇ ਮਗਰ ਅਸੀਂ ਹਲਾਲਾ ਕਰਕੇ ਪੈ ਜਾਂਦੇ ਹਾਂ, ਭਾਜੋ ਭੱਜਣ ਦੀ। ਇੱਕ ਬਾਈ ਦੀ ਮੈਂ ਕੱਲ੍ਹ ਵੀਡੀਓ ਸੁਣੀ, ਉਹਨੇ ਬਹੁਤ ਸੋਹਣੀ ਗੱਲ ਕਹੀ, ਕਹਿੰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਗੋਦੀ ਮੀਡੀਆ ਜੀ, ਉਹ ਵਿਚਾਰੀ ਬੇਸ਼ਰਮ ਹੁੰਦੀ, ਇੱਕ ਕੁੜੀ ਸੀਗੀ ਪਤਾ ਨਹੀਂ ਕਿਹੜੀ ਚੈਨਲ ਵਾਲੀ, ਉਹ ਵਾਪਸ ਆਪ ਹੀ ਮੁੜਦੀ। ਉਹਨਾਂ ਨੂੰ ਕਹੋ ਕਿ ਆਓ ਗੋਦੀ ਮੀਡੀਆ ਜੀ, ਤੁਹਾਡਾ ਸਵਾਗਤ ਹੈ, ਪੁੱਛੋ ਕੀ ਪੁੱਛਣਾ ਚਾਹੁੰਦੇ ਆ, ਇਹੋ ਜਿਹੇ ਸਵਾਲਾਂ ਦੇ ਜਵਾਬ ਠੋਕ ਕੇ ਦਿਓ, ਤੁੰਨ ਕੇ ਰੱਖ ਦਿਓ, ਬਿਲਕੁਲ ਉੱਥੇ ਮੰਜੀ ਠੋਕੋ, ਉਹਨਾਂ ਨੂੰ ਕੁਝ ਜਵਾਬ ਹੀ ਨਾ ਆਵੇ। ਜਦੋਂ ਚਲਾਉਣਗੇ ਚੈਨਲਾਂ ਦੇ ਉੱਤੇ, ਫਿਰ ਪੂਰੀ ਦੁਨੀਆਂ ਦੇ ਵਿੱਚ ਤੁਹਾਡੀ ਗੱਲ ਜਾਣੀ ਹੈ। ਕਈ ਚੈਨਲਾਂ ਦਾ ਧੰਨਵਾਦ ਵੀ ਆ, ਕਈ ਆਪਣਾ ਜਿਹੜਾ ਨੈਸ਼ਨਲ ਮੀਡੀਆ 'ਚ NDTV ਦੀ ਆਪਾਂ ਗੱਲ ਕਰਦੇ, ਇੱਕ ਹੀ ਚੈਨਲ ਆ, ਹਾਂ, ਜਿਹੜੀ ਆਪਣੀ ਗੱਲ ਕਿਸਾਨ ਅੰਦੋਲਨ ਦੀ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆਂ 'ਚ ਲੈ ਕੇ ਜਾ ਰਹੇ ਨੇ, ਉਹ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਅਸੀਂ ਸਾਰਿਆਂ ਵੱਲੋਂ ਧੰਨਵਾਦ ਕਰਦੇ ਹਾਂ। ਬਾਕੀ ਜਿਹੜੇ ਆਉਂਦੇ ਨੇ ਉਹਨਾਂ ਨੂੰ ਭਜਾਓ ਨਾ, ਨਹੀਂ ਤਾਂ ਉਹਨੂੰ ਬਹਾਨਾ ਮਿਲ ਜਾਣਾ ਵੀ ਦੇਖੋ ਜੀ ਉੱਥੇ ਤਾਂ ਫਲਾਣੇ ਇਕੱਠੇ ਹੋਏ ਨੇ, ਹੋਲੜਬਾਜ਼ ਇਕੱਠੇ ਹੋਏ ਨੇ, ਉੱਥੇ ਅੱਤਵਾਦੀ ਇਕੱਠੇ ਹੋਏ ਨੇ, ਉਹ ਐਂ ਕਰਦੇ ਹੋ ਐਂ ਕਰਦੇ, ਨਹੀਂ, ਵਿੱਚ ਬਿਠਾ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਆਉਣ ਦਿਓ।